ਦੋਸਤੋ ਅੱਜ ਮੈਂ ਤੁਹਾਡੇ ਨਾਲ ਚਰਚਾ ਕਰਨਾ ਚਾਹੁੰਨਾ ਹਾਂ ਜਿਹੜਾ ਭਾਰਤ ਬੰਦ ਦਾ ਸੱਦਾ ਦਿੱਤਾ ਤੇ ਜਿਹੜਾ ਕਿਸਾਨ ਅੰਦੋਲਨ ਹੈ ਬੜੇ ਹੀ ਅ ਅਹਿਮ ਦੌਰ ਦੇ ਵਿੱਚ ਆਪਾਂ ਐਂਟਰ ਕਰ ਚੁੱਕੇ ਹਾਂ ਜਿਹੜਾ ਤਾਂ ਭਾਰਤ ਬੰਦ ਦਾ ਸੱਦਾ ਕਿਸਾਨ ਜਥੇਬੰਦਿਆਂ ਨੇ ਦਿੱਤਾ ਉਹਦਾ ਆਪਾਂ ਸਭ ਨੂੰ ਡਟ ਕੇ ਸਪੋਰਟ ਸਮਰਥਨ ਕਰਨਾ ਚਾਹੀਦਾ ਜਿੱਥੇ-ਜਿੱਥੇ ਵੀ ਆਪਾਂ ਪੰਜਾਬ 'ਚ ਆਪਣੇ ਪਿੰਡ ਅ ਕਸਬੇ ਜਾਂ ਸ਼ਹਿਰ 'ਚ ਬੈਠੇ ਆ ਆਪਾਂ ਭਾਰਤ ਬੰਦ ਮੁਕੰਮਲ ਤੌਰ ਤੇ ਇਨਸ਼ੋਰ ਕਰਨਾ ਤਾਂ ਕਿ ਭਾਜਪਾ ਦੀ ਮੋਦੀ ਸਰਕਾਰ ਨੂੰ ਇਹ ਪਤਾ ਲੱਗ ਜਾਏ ਕਿ 8 ਦਸੰਬਰ ਨੂੰ ਕੱਲ ਸਾਰੇ ਦੇਸ਼ ਵਿੱਚ ਕੋਈ ਚਿੜੀ ਵੀ ਨਹੀਂ ਫੜਕੀ ਇੰਨੀ ਸਪੋਰਟ ਕਿਸਾਨ ਅੰਦੋਲਨ ਨੂੰ ਆਮ ਹਰ ਵਰਗ ਦੇ ਲੋਕਾਂ ਦੀ ਹੈ ਇਹ ਸੁਨੇਹਾ ਦਿੱਲੀ ਦੇ ਤਖਤ ਨੂੰ ਜਾਣਾ ਚਾਹੀਦਾ ਦੂਸਰਾ ਕੱਲ ਤੋਂ ਕੁਝ ਇਸ ਤਰ੍ਹਾਂ ਨਜ਼ਰ ਆ ਰਿਹਾ ਹੈ ਕਿ ਮੋਦੀ ਸਰਕਾਰ ਪ੍ਰੈਸ਼ਰ ਬਿਲਡ ਕਰਨਾ ਚਾਹੁੰਦੀ ਹੈ ਡਰਾਉਣਾ ਧਮਕਾਉਣਾ ਚਾਹੁੰਦੀ ਹੈ ਬਹੁਤ ਸਾਰੀ ਫੋਰਸ ਇਕੱਠੀ ਕੀਤੀ ਉਹਨਾਂ ਨੇ ਜਿਹੜਾ ਦਿੱਲੀ ਦੇ ਬਾਰਡਰ ਦੇ ਉੱਤੇ ਧਰਨਾ ਲੱਗਿਆ ਹੋਇਆ ਹੈ ਪੈਰਾ ਮਿਲਟਰੀ ਫੋਰਸਸ ਬਹੁਤ ਸਾਰੀ ਪੁਲਿਸ ਨੂੰ ਬਹੁਤ ਵੱਡੀ ਨਫਰੀ ਚ ਤਾਇਨਾਤ ਕਰ ਰਹੇ ਨੇ ਔਰ ਮੈਂ ਸਮਝਦਾ ਕਿ ਕਿਉਂਕਿ ਉਹਨਾਂ ਨੂੰ ਪਤਾ ਵਾ ਕਿ ਉਹ ਕੈਰਟ ਐਂਡ ਦ ਸਟਿਕ ਪਾਲਿਸੀ ਕਹਿੰਦੇ ਨੇ ਕਿ ਇੱਕ ਪਾਸੇ ਉਹਨਾਂ ਨੂੰ ਡਰਾਓ ਤੇ ਇੱਕ ਪਾਸੇ ਗੱਲਬਾਤ ਦਾ سلسلہ ਜਾਰੀ ਰੱਖੋ ਇਹ ਹੁਸ਼ਿਆਰੀ ਅਰਸੇ ਤੋਂ ਜਿਹੜੇ ਰਾਜ ਕਰਨ ਵਾਲੇ ਨੇ ਕਰਦੇ ਰਹਿੰਦੇ ਨੇ ਹਾਲਾਂਕਿ ਪੰਜਾਬ ਦੇ ਬਹਾਦਰ ਕਿਸਾਨ ਤੇ ਨੌਜਵਾਨ ਬੜੇ ਡਟੇ ਹੋਏ ਨੇ ਡਟ ਕਰਕੇ ਔਰ ਮੈਂ ਨਹੀਂ ਉਮੀਦ ਕਰਦਾ ਕਿ ਕੇਂਦਰ ਦੀ ਸਰਕਾਰ ਐਡੀ ਮੂਰਖ ਹੋਊਗੀ ਕਿ ਕਿਸੇ ਤਰ੍ਹਾਂ ਦਾ ਐਕਸਟਰਾ ਫੋਰਸ ਜਾਂ ਰਿਪਰੈਸ਼ਨ ਜਾਂ ਕਿਸੇ ਤਰ੍ਹਾਂ ਦਾ ਕੋਈ ਜ਼ੋਰ ਜਬਰ ਕਰਕੇ ਤੇ ਇਸ ਧਰਨੇ ਨੂੰ ਉਠਾਉਣ ਦੀ ਕੋਸ਼ਿਸ਼ ਕਰੇਗੇ ਉਹਦੇ ਬਹੁਤ ਭਿਆਨਕ ਸਿੱਟੇ ਨਿਕਲਣਗੇ ਬਹੁਤ ਦੂਰੰਦੇਸ਼ ਜਿਹੜਾ ਗੁਨਾਹ ਕੇਂਦਰ ਦੀਆਂ ਸਰਕਾਰਾਂ ਨੇ ਅੱਜ ਤੋਂ 36 ਸਾਲ ਪਹਿਲਾਂ ਕੀਤਾ ਸੀਗਾ ਉਹ ਕਾਲਾ ੱੱੱ ਤੱਬਾ ਹਲੇ ਉਹਨਾਂ ਤੋਂ ਲੈ ਨਹੀਂ ਰਿਹਾ ਤੇ ਮੈਂ ਨਹੀਂ ਉਮੀਦ ਕਰਦਾ ਕਿ ਮੋਦੀ ਦੀ ਸਰਕਾਰ ਇਸ ਤਰ੍ਹਾਂ ਦੀ ਜਗ ਜਾਹਰ ਕੋਈ ਤੱਕੇਸ਼ਾਈ ਕਰਕੇ ਤੇ ਆਪਣੇ ਤੇ ਬਹੁਤ ਵੱਡਾ ਤੱਬਾ ਉਹਨਾਂ ਤੇ ਲੱਗੇਗਾ ਜਿਹੜਾ ਮੁੜ ਕੇ ਲੱਥੇਗਾ ਨਹੀਂ ਕਿਉਂਕਿ ਇਸ ਵਕਤ ਕਿਸਾਨਾਂ ਦਾ ਅੰਦੋਲਨ ਨਾ ਸਿਰਫ ਦਿੱਲੀ ਤੱਕ ਮਹਦੂਦ ਹੈ ਨਾ ਸਿਰਫ ਪੰਜਾਬ ਤੱਕ ਮ限定 ਹੈ ਬਲਕਿ ਸਾਰੇ ਦੇਸ਼ ਵਿੱਚ ਤਾਂ ਹੈ ਹੀ ਆ ਵਿਸ਼ਵ ਦੇ ਵਿੱਚ ਵੀ ਇੰਟਰਨੈਸ਼ਨਲ ਮੀਡੀਆ ਤੱਕ ਇਹਦੀ ਖਬਰਾਂ ਪਹੁੰਚ ਚੁੱਕੀਆਂ ਆ ਔਰ ਜਿਸ ਤਰ੍ਹਾਂ ਦੇ ਨਾਲ ਮੋਦੀ ਦੀ ਸਰਕਾਰ ਇਸ ਅੰਦੋਲਨ ਨੂੰ ਲਟਕਾ ਰਹੀ ਆ ਇਹਦੇ 'ਚ ਉਹਨਾਂ ਨੂੰ ਕੋਈ ਬਹੁਤ ਲੰਬਾ ਆਰਸਾ ਕੋਈ ਫਾਇਦਾ ਨਹੀਂ ਹੋਣਾ ਮੈਂ ਕਿਸਾਨ ਜਥੇਬੰਦੀਆਂ ਤੇ ਨੌਜਵਾਨਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਠੀਕ ਹੈ ਆਪਣੀ ਲੜਾਈ ਬੋਡੀ ਅਹਿਮ ਤੇ ਬੜੇ ਅਹਿਮ ਇੰਪੋਰਟੈਂਟ ਪੜਾ ਦੇ ਵਿੱਚ ਪਰ ਮੈਂ ਕਹਿ ਸਕਦਾ ਕਿ ਨੈਤਿਕ ਤੌਰ ਤੇ ਪੰਜਾਬ ਦੇ ਬਹਾਦਰ ਲੋਕ ਆਪਣੀ ਜਿੱਤ ਦਰਜ ਕਰਾ ਚੁੱਕੇ ਨੇ ਠੀਕ ਹੈ ਸਾਡੇ ਨਾਲ ਉਹਨਾਂ ਨੇ ਬਹੁਤ ਰੁਕਾਵਟਾਂ ਪੈਦਾ ਕੀਤੀਆਂ ਜਾਣ ਵਿੱਚ ਬਹੁਤ ਔਕੜਾਂ ਪਾਈਆਂ ਬਹੁਤ ਟੈਰ ਗੈਸ ਸ਼ੈਲ ਛੱਡੇ लाठी चार्ज ਕੀਤਾ ਹਰ ਕਿਸਮ ਦਾ ਉਪਰਾਲਾ ਕੀਤਾ ਕਿ ਕਿਸੇ ਤਰੀਕੇ ਨਾਲ ਇਹ ਆਵਾਜ਼ ਦਬਜੂਏ ਨੈਤਿਕ ਜਿੱਤ ਮੈਂ ਇਸ ਲਈ ਕਹਿੰਨਾ ਕਿਉਂਕਿ ਸਾਨੂੰ ਇੱਕ ਵਾਰ ਮੋਦੀ ਨੇ ਤੇ ਭਾਜਪਾ ਦੀ ਸਰਕਾਰ ਨੇ ਚੇਤੇ ਕਰਾ ਦਿੱਤਾ ਕਿ ਅਸੀਂ ਹੈ ਕੌਣ ਕਿਉਂਕਿ ਕਾਫੀ ਅਰਸੇ ਤੋਂ ਜ਼ਿੰਦਗੀ ਸਾਰੀ ਬੜੀ ਆਰਾਮ ਪ੍ਰਸਤ ਹੋ ਗਈ ਸਾਰੇ ਬੜੇ ਸਭ ਕੋਲ ਹਰ ਕਿਸਮ ਦੀ ਸਹੂਲਤਾਂ ਨੇ ਮਸ਼ੀਨਰੀ ਆ ਸਾਰਿਆਂ ਦੇ ਘਰਾਂ ਦੇ ਵਿੱਚ ਇਹ ਕੰਡੀਸ਼ਨ ਲੱਗੇ ਹੋਏ ਨੇ ਆਮ ਜਨਤਾ ਤੱਕ ਜਿਹੜੀਆਂ ਸਾਰੀਆਂ ਸਹੂਲਤਾਂ ਪਹੁੰਚ ਚੁੱਕੀਆਂ ਨੇ ਪਰ ਐਂ ਲੱਗਦਾ ਸੀਗਾ ਕਿ ਕਿਤੇ ਪੰਜਾਬੀ ਤੇ ਜਿਹੜੇ ਸਿੱਖ ਕੌਮ ਵਾਲੇ ਨੇ ਇਹ ਆਪਣਾ ਵਿਰਸਾ ਤਾਂ ਨਹੀਂ ਭੁੱਲ ਗਏ ਕਿਤੇ ਆਰਾਮ ਪ੍ਰਸਤਾ ਨਹੀਂ ਹੋ ਗਏ ਪਰ ਇਹ ਸੰਘਰਸ਼ ਨੇ ਜਿਸ ਢੰਗ ਦੇ ਨਾਲ ਪੰਜਾਬੀਆਂ ਨੇ ਸਾਰੇ ਔਕੜ ਜਿਹੜਾ ਰੁਕਾਵਟਾਂ ਨੂੰ ਭੰਨ ਕੇ ਤੇ ਮੋਦੀ ਦੀ ਹੈਂਕੜ ਪੰਡੀਆਂ ਸਾਨੂੰ ਸਾਡਾ ਪਛੋਕੜ ਤੇ ਸਾਡਾ ਸੁਨਹਿਰੀ ਵਿਰਸਾ ਯਾਦ ਕਰਾਤਾ ਸਾਡੇ ਗੁਰੂ ਸਾਹਿਬਾਨ ਤੋਂ ਲੈ ਕੇ ਜੋ ਸਾਡੇ ਪੁਰਖਿਆਂ ਨੇ ਪੰਜਾਬ ਦੇ ਵਿੱਚ ਜਿਸ ਢੰਗ ਦੇ ਨਾਲ ਹਰ ਕਿਸਮ ਦੀ ਜ਼ਾਲਮ ਸਰਕਾਰਾਂ ਨਾਲ ਟੱਕਰ ਲਈ ਔਰ ਬਹੁਤ ਕੁਰਬਾਨੀਆਂ ਕੀਤੀਆਂ ਬਹੁਤ ਲਹੂ ਲਹੂ ਡੁੱਲਿਆ ਪੰਜਾਬ ਦੀ ਧਰਤੀ ਤੇ ਉਹ ਸਾਨੂੰ ਸਾਰਾ ਜਿਹੜਾ ਸੁਨਹਿਰੀ ਵਿਰਸਾ ਸੀਗਾ ਇੱਕ ਫਿਲਮ ਦੀ ਤਰ੍ਹਾਂ ਦੇ ਉੱਤੇ ਸਾਡੇ ਸਾਰਿਆਂ ਦੇ ਸਾਹਮਣੇ ਚਿੱਤੇ ਆ ਗਿਆ ਔਰ ਮੈਂ ਸਮਝਦਾ ਕਿ ਇਸ ਸੰਘਰਸ਼ ਨਾਲ ਕੁੱਲ ਟੋਟਲ ਦੁਨੀਆ ਦੇ ਵਿੱਚ ਜਿਹੜਾ ਪੰਜਾਬੀ ਸੀਗਾ ਤੇ ਜਿਹੜੇ ਸਿੱਖ ਸੀ ਉਹ ਲਾਮਬੰਦ ਹੋਏ ਨੇ ਉਹ ਯੂਨਾਈਟ ਹੋਏ ਨੇ ਉਹਨਾਂ ਨੂੰ ਆਪਣੀ ਸ਼ਕਤੀ ਦਾ ਉਹਨਾਂ ਨੇ ਇੱਕ ਮੁਜ਼ਾਹਰਾ ਕੀਤਾ ਕਿ ਸਾਡੇ ਕੋਲ ਕਿਸ ਤਰ੍ਹਾਂ ਦੀ ਸ਼ਕਤੀ ਹੈ ਔਰ ਕਿੰਨੀ ਵੀ ਬੜੀ ਸ਼ਾਂਤਮਈ ਢੰਗ ਦੇ ਨਾਲ ਅੱਜ ਤੱਕ ਕੁੱਲ ਟੋਟਲ ਉਹਨਾਂ ਦਾ ਜਿਹੜਾ ਕੈਂਪੇਨ ਹੈਗਾ ਵਾ ਸਾਰਾ ਪੀਸਫੁਲ ਰਿਹਾ ਵਾ ਔਰ ਇੱਥੇ ਬਸ ਨਹੀਂ ਜਿਹੜੇ ਲੋਕ ਇਹਨਾਂ ਨੂੰ ਡੰਡੇ ਮਾਰਦੇ ਸੀ ਜਿਹੜੇ ਲੋਕ ਗਲਟੀਆਂ ਭਰੌਂਦੇ ਸੀਗੇ ਅ ਦਿੱਲੀ ਦੇ ਵਿੱਚ ਬੈਠੇ ਸੇਵਾ ਕਰਨ ਵਾਲੇ ਲੋਕਾਂ ਨੇ ਉਹਨਾਂ ਨੂੰ ਵੀ ਲੰਗਰ ਛਕਾਇਆ ਵਾ ਇਹ ਪਹਿਲੀ ਵਾਰ ਦੇਖ ਰਹੇ ਆ ਨਹੀਂ ਤਾਂ ਜਦੋਂ ਕੋਈ ਹਜੂਮ ਇਕੱਠਾ ਹੁੰਦਾ ਤੇ ਲੁੱਟਕ ਸੁੱਟਦੇ ਆਸਾਰ ਜ਼ਿਆਦਾ ਹੁੰਦੇ ਨੇ ਲੇਕਿਨ ਸਿੱਖਾਂ ਨੇ ਪੰਜਾਬੀਆਂ ਨੇ ਕਦੀ ਮੂਵਮੈਂਟੈਲਿਟੀ ਨਹੀਂ ਦਿਖਾਈ ਬਿਲਕੁਲ ਆਪਣੇ ਇਮੋਸ਼ਨਸ ਨੂੰ ਕੰਟਰੋਲ ਵਿੱਚ ਰੱਖਦਿਆਂ ਹੋਇਆਂ ਆਪਣੀ ਗੱਲ ਨੂੰ ਅੱਗੇ ਰੱਖਿਆ ਤਾਂ ਅਕਲਮੰਦੀ ਦਾ ਮੋਦੀ ਸਾਹਿਬ ਦੀ ਸਰਕਾਰ ਵਾਸਤੇ ਇਹੀ ਹੋਵੇਗੀ ਕਿ ਇਹਨਾਂ ਦੀਆਂ ਜਾਇਜ਼ ਹੱਕੀ ਮੰਗਾਂ ਮੰਨ ਕੇ ਤੇ ਇਹ ਸਾਰੇ ਸੰਘਰਸ਼ ਨੂੰ ਸ਼ਾਂਤਮਈ ਢੰਗ ਦੇ ਨਾਲ ਰਿਸਪੈਕਟਫੁਲ ਤਰੀਕੇ ਦੇ ਨਾਲ ਪੰਜਾਬ ਨੂੰ ਬਾਇਜ਼ਤ ਤਰੀਕੇ ਦੇ ਨਾਲ ਉੱਥੋਂ ਉਹਨਾਂ ਨੂੰ ਮੋੜਿਆ ਜਾਵੇ ਇਹਦੇ ਨਾਲ ਸਾਰੇ ਭਾਰਤ ਵਿੱਚ ਖੁਸ਼ੀ ਦੀ ਲਹਿਰ ਜਾਵੇਗੀ ਤੇ ਜੇ ਤੁਸੀਂ ਚਲਾਕੀਆਂ ਕਰੋਗੇ ਜੇ ਤੁਸੀਂ ਕੋਈ ਲਾਠੀ ਚਾਰਜ ਕਰੋਗੇ ਗੋਲੀਆਂ ਚਲਾਓਗੇ ਤਾਂ ਉੱਥੇ ਫਿਰ ਖੂਨ ਡੁੱਲੇਗਾ ਉੱਥੇ ਫਿਰ ਬਹੁਤ ਨੁਕਸਾਨ ਹੋਵੇਗਾ ਜਾਨੀ ਮਾਲੀ ਨੁਕਸਾਨ ਹੋਵੇਗਾ ਜੇ ਦੀ ਜ਼ਿੰਮੇਵਾਰੀ ਸਿੱਧੀ ਸਿੱਧੀ ਕੇਂਦਰ ਦੀ ਸਰਕਾਰ ਤੇ ਹੋਵੇਗੀ ਤੇ ਕਾਲਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਕੱਲ ਕਿਉਂਕਿ ਬੰਦ ਆ ਤਾਂ ਮੈਂ ਸਭ ਨੂੰ ਅਪੀਲ ਕੀਤੀ ਆ ਹਲਕਾ ਪਲਾਤੂ ਤੋਂ ਜਿਹੜਾ ਅਸੀਂ ਇੱਕ ਜੱਥਾ ਲੈ ਕੇ ਜਾਵਾਂਗੇ ਸਮੂਹ ਪੰਜਾਬ ਦੇ ਲੋਕਾਂ ਨੂੰ ਅਪੀਲ ਹੈ ਕਿ ਸਾਨੂੰ ਜਿੱਥੇ ਵੀ ਤੁਹਾਡਾ ਦਿਲ ਕਰਦੇ ਸ਼ੰਭੂ ਬੈਰੀਅਰ 9 ਤਾਰੀਖ ਨੂੰ ਦਿਨ ਬੁੱਧਵਾਰ ਅਗਰ ਤੁਸੀਂ ਸਾਨੂੰ 12 ਵਜੇ ਸ਼ੰਭੂ ਬੈਰੀਅਰ ਮਿਲਾਂਗੇ ਆਪਾਂ ਸਾਰੇ ਇਕੱਠੇ ਚੱਲ ਕੇ ਜੋ ਵੀ ਸਾਡਾ ਫਰਜ਼ ਬਣਦਾ ਯੋਗਦਾਨ ਬਣਦਾ ਇੱਕ ਸਧਾਰਨ ਵਿਅਕਤੀ ਦੀ ਤਰ੍ਹਾਂ ਸਧਾਰਨ ਨਾਗਰਿਕਾਂ ਦੀ ਤਰ੍ਹਾਂ ਸਧਾਰਨ ਕਿਸਾਨਾਂ ਦੀ ਤਰ੍ਹਾਂ ਉਹਨਾਂ ਦੇ ਕਿਸਾਨੀ ਝੰਡੇ ਬੰਨ ਕੇ ਤੇ ਕਾਲੇ ਝੰਡੇ ਰੋਸ ਦੇ ਬੰਨ ਕੇ ਆਪਾਂ ਸਾਰੇ ਪਰਸੋਂ ਦਿੱਲੀ ਵੱਲ ਨੂੰ ਕੂਚ ਕਰਨਾ ਹੈ ਅ 9 ਤਰੀਕ ਦਿਨ ਬੋਧਵਾਰ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ